ਸਾਲੇ ਦੇ ਵੱਲੋਂ ਆਪਣੇ ਜੀਜੇ ਅਤੇ ਉਸਦੀ ਪਤਨੀ ਨੂੰ ਖਤਮ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ। ਪਤਾ ਲੱਗਿਆ ਕਿ ਇਹ ਜੀਜਾ ਕਿਸੇ ਹੋਰ ਦੇ ਨਾਲ ਸੰਬੰਧਾਂ ਦੇ ਵਿੱਚ ਸੀ, ਉਸਦੀ ਭੈਣ ਦੇ ਨਾਲ ਧੋਖਾ ਕਰ ਰਿਹਾ ਸੀ, ਜਿਸ ਦੇ ਚਲਦੇ ਹੋਏ ਇਸ ਸਾਲੇ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੋਨਾਂ ਦੀਆਂ ਮ੍ਰਿਤਕ ਦੇਹਾਂ ਘਰ ਦੇ ਬਾਹਰ ਹੀ ਜਿਸ ਹਾਲਤ ਦੇ ਵਿੱਚ ਮਿਲੀਆਂ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਵਿੱਚ ਕਾਫੀ ਸਮੇਂ ਤੋਂ ਗਲਤ ਸੰਬੰਧ ਚੱਲ ਰਹੇ ਸਨ ਅਤੇ ਪਿਛਲੇ ਦਿਨਾਂ ਤੋਂ ਹੀ ਘਰ ਤੋਂ ਭੱਜ ਕੇ ਉਹਨਾਂ ਨੇ ਇਕੱਠੇ ਰਹਿਣਾ ਸ਼ੁਰੂ ਕੀਤਾ। ਰਾਤ ਹੀ ਉਹ ਵਾਪਸ ਆਏ ਸਨ ਅਤੇ ਗੁੱਸੇ ਦੇ ਵਿੱਚ ਆਏ ਵਿਅਕਤੀ ਨੇ ਦੋਨਾਂ 'ਤੇ ਹਮਲਾ ਬੋਲ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਅੱਜ ਸਵੇਰੇ ਪੁਲਿਸ ਵਾਲੇ ਜਦੋਂ ਮੌਕੇ 'ਤੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਕਿੰਝ ਮ੍ਰਿਤਕ ਦੇਹਾਂ ਸਰੇਆਮ ਖੁੱਲ੍ਹੀ ਥਾਂ ਦੇ ਵਿੱਚ ਪਈਆਂ ਸਨ। ਇਸ ਮਗਰੋਂ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ। ਜਾਣਕਾਰੀ ਇਕੱਠੀ ਕੀਤੀ ਗਈ ਕਿ ਪਿੰਡ ਬੱਬਨਪੁਰ ਨਿਵਾਸੀ 32 ਸਾਲਾ ਜਗਸੀਰ ਸਿੰਘ, ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਅਤੇ ਜਾਖਲ ਦੇ ਪਿੰਡ ਚੰਦਪੁਰਾ ਦੀ ਇੱਕ ਰਹਿਣ ਵਾਲੀ ਵਿਵਾਹਿਤਾ ਸੀ। ਉਹ ਦੱਸਿਆ ਜਾ ਰਿਹਾ ਹੈ ਕਿ ਉਸਦਾ ਆਪਣੇ ਹੀ ਸਾਲੇ ਜਸਵਿੰਦਰ ਸਿੰਘ ਦੀ ਪਤਨੀ 35 ਸਾਲਾ ਔਰਤ ਦੇ ਨਾਲ 3-4 ਸਾਲਾਂ ਤੋਂ ਸੰਬੰਧ ਚੱਲ ਰਹੇ ਸਨ, ਜਿਸ ਦੇ ਚੱਲਦੇ ਹੋਏ ਬੀਤੇ ਦਿਨੀ ਜਦੋਂ ਉਹ ਭੱਜਣ ਤੋਂ ਬਾਅਦ ਘਰ ਵਾਪਸ ਆਉਂਦੇ ਨੇ ਤਾਂ ਜਸਵਿੰਦਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਦੋਨਾਂ 'ਤੇ ਹਮਲਾ ਕੀਤਾ। ਦੋਨਾਂ ਦੇ ਮੂੰਹ, ਹੱਥ ਅਤੇ ਪੈਰ ਆਦਿ 'ਤੇ ਕਈ ਵਾਰ ਕੀਤੇ ਗਏ ਨੇ ਅਤੇ ਦੋਹਾਂ ਦੀ ਜਾਨ ਲੈ ਲਈ ਗਈ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਸਰਪੰਚ ਨੂੰ ਸੂਚਿਤ ਕੀਤਾ ਅਤੇ ਉਹਨਾਂ ਦੇ ਵੱਲੋਂ ਹੀ ਪੁਲਿਸ ਨੂੰ ਇੱਥੇ ਬੁਲਾਇਆ ਗਿਆ। ਦੋਨਾਂ ਦੇ ਅਵੈਧ ਸੰਬੰਧਾਂ ਦੀ ਗੱਲ ਹਰ ਪਾਸੇ ਫੈਲੀ ਹੋਈ ਹੈ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ। 4-5 ਦਿਨ ਤੋਂ ਉਹ ਘਰੋਂ ਚਲੇ ਗਏ ਸਨ ਅਤੇ ਹੁਣ ਪਤੀ ਦੇ ਵੱਲੋਂ ਅਜਿਹਾ ਕੀਤਾ ਗਿਆ, ਜਿਸ ਦੇ ਵਿੱਚ ਉਸਨੇ ਆਪਣੀ ਪਤਨੀ ਨੂੰ ਵੀ ਨਹੀਂ ਛੱਡਿਆ ਅਤੇ ਜੀਜੇ ਨੂੰ ਵੀ, ਜਿਨ੍ਹਾਂ ਦੇ ਗਲਤ ਸੰਬੰਧਾਂ ਦੇ ਚਲਦੇ ਇਸ ਭੈਣ ਭਰਾ ਦਾ ਘਰ ਬਰਬਾਦ ਹੋ ਗਿਆ ਸੀ। ਦੱਸ ਦਈਏ ਕਿ ਮਰਨ ਵਾਲੀ ਔਰਤ ਦੇ 2 ਧੀਆਂ ਵੀ ਨੇ, ਇਹਨਾਂ ਦੇ ਵਿੱਚੋਂ ਇੱਕ ਦੀ ਉਮਰ 12 ਸਾਲ ਦੀ ਅਤੇ ਦੂਜੀ ਦੀ 6 ਸਾਲ ਦੀ ਦੱਸੀ ਜਾ ਰਹੀ ਹੈ। ਜਮਾਈ ਹੈ ਜੀ, ਹਰੇਕ ਮੂੰਹ ਹੈ ਬਹਿਣ ਕੀ, ਅਤੇ ਕੁੜੀ ਨੂੰ ਵੀ ਉਹ ਕਰੇ ਤਾਂ ਬੂਰ ਕੱਪ ਕਰੇ ਦਾ, ਕੁੜੀ ਨੂੰ ਕਹਿ ਦਿੰਦਾ ਮਾਰਦਾ ਕੁੱਟਦਾ ਵੀ ਮੈਂ ਤੈਨੂੰ ਤਲਾਕ ਦੇਊਂਗਾ। ਇਹਨਾਂ ਨਾਲ ਤਾਂ ਅੱਜ 12 ਦਿਨ ਹੋ ਗਏ ਜੀ ਗਈ ਨੂੰ, ਫਰਾਰ ਹੋਇਆ ਨੂੰ। ਕਦ ਆਏ ਫਿਰ ਇਹ ਵਾਪਸ? ਇਹ ਕੋਈ ਪਤਾ ਨਹੀਂ ਜੀ ਕਦ ਆਈਏ। ਅੱਛਾ, ਹਾਂ ਕੋਈ ਪਤਾ ਨਹੀਂ ਕਿਹੜੇ ਟਾਈਮ ਆਈਏਗੀ, ਕੋਈ ਪਤਾ ਨਹੀਂ ਜੀ, ਮੈਨੂੰ ਪਤਾ ਹੀ ਨਹੀਂ। ਜਦ ਉਹ ਤੜਕੀ ਜੀ ਇੱਧਰ ਬਹੂ ਬਾਲਟੀ ਲੈਣ ਨਿਕਲੀ ਹੈ ਪਾਣੀ ਕੀ, ਉਸਨੇ ਦੇਖਿਆ ਪਤਾ ਨਹੀਂ ਕਿਹਾ ਕੀ ਪੀ ਹੈ ਵਿਹੜੇ ਮੈਂ, ਉਸਨੇ ਬਾਣ ਮੈਂ ਆਪਣੇ, ਕੋਈ ਪਤਾ ਨਹੀਂ ਹੈਗਾ ਜੀ ਮੈਨੂੰ। बॉडीज मिली है हमें, जगसीर है जो बबनपुर का रहने वाला है और मूर्ति है जो यहीं पे जिस घर के बाहर बॉडी मिली है वहीं पे मैरिड थी, तो ये रिलेटेड हैं आपस में। तो ये बॉडीज़ मिली है, 30-35 साल इनकी उम्र है, तो अभी हम लोग इन्वेस्टिगेट कर रहे हैं और जल्द ही हम इसको सॉल्व कर लेंगे केस। कितनी उम्र थी मैडम दोनों की? दोनों की उम्र अर्ली 30s में है दोनों। बताया जा रहा है कि ये कई दिनों से बाहर थे मैम। हाँ जी, ये बात आई है हमारे नोटिस में, बाकी अभी ये सारा इन्वेस्टिगेशन का मैटर है।